वेलकम टू माय यूट्यूब चैनल। की हाल चाल जनाब? ठीक ठाक हो? टाइम हो गया 2:50। मैं जुमे तो हो गया लेट हूँ, समझ नहीं लगती भी यार की करिए। बाकी इंशाल्लाह जुमा जरूर पढ़ांगे। मौलवी साहब नूं फोन कर दें यार, जुमा कितने लेट हों? हाँ जी दोस्तों, बहुत ज़्यादा जल्दी है तो इस करके मैं कह यार जल्दी जल्दी निकलिए, तो फिर जुमा इंशाल्लाह जरूर पढ़ांगे यार, भावें लेट क्यों ना हो जाइए। बहुत जल्दी यार। भाई दिल भाई यार, दिल भाई जुमा पढ़ लिया तुसी? जी हां जी, अल्हम्दुलिल्लाह मैं जुमा पढ़ के आया पा यार। दिल भाई मैं बहुत लेट हो गया यार जुमा। यार तुसी टाइम ना किसे जुमा होएगा यार? यार मेनू लगदा ओ ना 4 बजे मस्जिद दे विच हुंदा वा, जलवी मार्केट दे विच। ओ भाई नु फोन करके पुछो साडे भाई नु। यार 4 बजे ਵੀ 3:30 ਵਜੇ ਮੇਰਾ ਖਿਆਲ 3:30-4 ਵਜੇ ਹੁੰਦਾ ਤਕਰੀਬਨ। ਚਲੋ ਯਾਰ ਮੈਂ ਤੁਸੀਂ ਉਹਨੂੰ ਫੋਨ ਕਰੋ ਨਾ, ਫੋਨ ਕਰਕੇ ਪੁੱਛੋ ਤੁਸੀਂ। ਚਲੋ ਮੈਂ ਪੁੱਛਦਾ ਉਹਨਾਂ ਨੂੰ ਫਿਰ ਇਨਸ਼ਾਅੱਲਾ। ਹੋਰ ਭਾਜੀ ਕੀ ਹਾਲ? ਠੀਕ ਠਾਕ ਹੋ? ਤੇ ਵੀ ਤਾਂ ਸੇ ਤਾਂ ਬਹੁਤ ਲੇਟ ਹੁੰਦਾ ਯਾਰ ਆ ਗਿਆ। ਹਾਂਜੀ ਚਲੋ ਆ ਗਏ ਸਹੀ। ਚਲੋ ਆ ਗਏ ਤੇ ਤੁਹਾਨੂੰ ਮਿਲਦੇ ਆ। ਠੀਕ ਹੈ ਦੀਨ ਭਾਈ, ਜਮਾ ਬਾੜਾ ਜੁੱਤਾ ਯਾਰ ਚੇਂਜ ਕਰ ਲਈ ਓਏ। ਚਲੀਏ ਯਾਰ ਬਾਹਰ। ਭਾਜੀ ਮੈਂ ਨਾ ਮੌਲਵੀ ਸਾਹਿਬ ਨੂੰ ਫੋਨ ਕਰਨ ਦਿਆ, ਮੈਂ ਕਿਹਾ ਪੁੱਛੀ ਯਾਰ ਕਿੰਨੇ ਵਜੇ ਜਮ੍ਹਾਂ ਹੁੰਦਾ। ਮੌਲਵੀ ਸਾਹਿਬ ਦੇਖੋ ਫੋਨ ਚੁੱਕ ਰਹੇ ਆ ਕਿ ਨਹੀਂ। ਹਾਂਜੀ ਦੀਲ ਭਾਈ, ਭਾਈ ਜੁਮੇ ਤੇ ਲੇਟ ਹੋ ਰਹੇ ਯਾਰ। ਦੇਖਾ ਆਪਣੇ ਲਾਪਰਵਾਹੀ ਦਾ ਨਤੀਜਾ ਹੈ ਦੀਲ ਭਾਈ, ਕਦੇ ਲੇਟ ਜੁਮਾ ਪੜਿਆ ਹੀ ਨਹੀਂ, ਇਸ ਕਰਕੇ ਯਾਰ ਦਿਲ ਨਹੀਂ ਕਰ। ਅਸਲਾਮ ਅਲੈਕੁਮ ਮੌਲਵੀ ਸਾਹਿਬ। ਵਾਲੇਕੁਮ ਸਲਾਮ। ਹਾਂਜੀ ਮੌਲਵੀ ਸਾਹਿਬ, ਗੱਲ ਪਤਾ ਕੀ, ਜੁਮੇ ਤਾਂ ਹੋ ਗਏ ਲੇਟ, ਕੋਈ ਮਸਜਿਦ ਦੱਸੋ ਜਿਹਦੇ ਸਭ ਤੋਂ ਲੇਟ ਜੁਮਾ ਹੁੰਦਾ ਹੋਵੇ। चलो ठीक है, ਤੁਸੀਂ ਆਪ ਪੜ੍ਹ ਲਿਆ ਜੁਮਾ? ਹਾਂ ਜੀ ਮੈਂ ਪੜ੍ਹ ਲਿਆ। ਚਲੋ ਫਿਰ ਤੁਸੀਂ ਆਓ, ਫਿਰ ਆਪਾਂ ਜੁਮਾ ਪੜ੍ਹੀਏ, ਫਿਰ ਸ਼ਹਿਰ ਵੀ ਚੱਲ ਜਾਾਂਗੇ। ਠੀਕ ਹੈ? ਚਲੋ ਮੈਂ ਆ ਰਿਹਾ। ਚਲੋ ਆਇਓ ਫਿਰ, ਮੈਂ ਨਾ ਅੱਗੇ ਨਾ ਤੁਹਾਡਾ ਇੰਤਜ਼ਾਰ ਕਰ ਰਿਹਾ ਵਾਂ। ਅੱਛਾ ਜੀ, ਚਲੋ ਮੈਂ ਆ ਰਿਹਾ। ਹਾਂਜੀ ਚਲੋ ਠੀਕ ਆ, ਆਇਓ। ਲੋ ਜੀ ਮੌਲਵੀ ਸਾਹਿਬ ਆ ਜੀ, ਮੌਲਵੀ ਸਾਹਿਬ ਦਾ ਇੰਤਜ਼ਾਰ ਹੋ ਰਿਹਾ ਵਾ, ਤੇ ਆ ਮੌਲਵੀ ਸਾਹਿਬ ਵੀ ਆ ਗਏ। ਹਾਂਜੀ ਮੌਲਵੀ ਸਾਹਿਬ, ਅੱਜ ਜੁਮੇ ਤੋਂ ਅਸੀਂ ਹੋ ਗਏ ਆ ਲੇਟ, ਜੁਮਾ ਸ਼ੁਮਾ ਪੜੀਏ ਕਿਤੇ ਯਾਰ। ਭਾਈ ਇਹ ਰਾਤ ਨੂੰ ਜਲਦੀ ਸਾਰੇ 12:30 ਕਰਦੇ ਰਹਿੰਦੇ ਰਾਤਾਂ ਨੂੰ, 2-2, 3-3 ਵਜੇ ਦਾ ਸਵੇਰੇ ਮੈਂ ਜੁਮੇ ਦਾ ਲੇਟ ਹੁੰਦੇ, ਫਿਰ ਸਾਡਾ ਕਿੰਨਾ ਵੀ ਧਿਆਨ ਆ ਮੌਲਵੀ ਸਾਹਿਬ, ਤੁਹਾਨੂੰ ਪਤਾ ਇਹਦੀ ਮਾਫੀ ਨਹੀਂ ਹੈ। ਇਹਦੀ ਤੇ ਮਾਫੀ, ਮੌਲਵੀ ਸਾਹਿਬ ਖੁੱਲੋ ਹੈ, ਤੁਸੀਂ ਕਿੱਥੇ ਬੈਗ ਪਾਇਆ ਹੋਇਆ? ਯਾਰ ਜੁੱਤਾਂ ਦਾ ਟਾਈਮ ਨਹੀਂ ਆ ਯਾਰ, ਚਲੋ ਚੱਲੀਏ ਯਾਰ, ਕਿੱਕ ਮਾਰੋ ਯਾਰ। ਆ ਕੀ ਤੁਸੀਂ ਮੰਗਣਾ ਸ਼ੁਰੂ ਕਰਤਾ? ਅਮੀ ਆ ਗਈ ਯਾਰ, ਮਹਿੰਗਾਈ ਤਾਂ ਲੱਗਦੀ ਆ। ਚਲੋ ਫਿਰ ਚੱਲੀਏ, ਜੁਮਾ ਪੜ੍ਹਨ ਜਾ ਰਹੇ ਹਾਂ। ਮੌਲਵੀ ਸਾਹਿਬ ਨੂੰ ਮਨਾ ਲਿਆ ਵਾ, ਮੌਲਵੀ ਸਾਹਿਬ ਦੀ ਮਿਹਰਬਾਨੀ ਹੈ ਜਿਹੜਾ ਟਾਈਮ ਕੱਢਿਆ ਸਾਡੇ ਵਾਸਤੇ। ਚੱਲਾਂ ਤਾਂ ਮੈਂ ਆਪਣੇ ਕੰਮ ਸੀ, ਲੇਕਿਨ ਇਹਨੇ ਕਿਹਾ ਨਾ ਮੇਰੀ ਨਮਾਜ਼ ਰਹਿ ਗਈ ਜੁਮੇ ਦੀ, ਮੈਂ ਚੱਲ ਆਇਆ ਫਿਰ ਤੈਨੂੰ ਜੁਮਾ ਪੜ੍ਹਾ। ਸਵਾਬ ਦੀ ਨੀਂਦ ਨਾਲ ਨਹੀਂ ਜਾ ਰਿਹਾ ਮੇਰੇ ਕਹਿਣ ਦਾ ਮਕਸਦ ਹੈ ਕਿ ਸਵਾਬ, ਮੈਂ ਕਿਹਾ ਚਲੋ ਸਾਨੂੰ ਵੀ ਹੋਏਗਾ ਸਵਾਬ, ਤੁਹਾਨੂੰ ਵੀ ਹੋਏਗਾ, ਅਤੇ ਇਨ ਸ਼ਾ ਅੱਲਾ ਅਸੀਂ ਉੱਥੇ ਪਹੁੰਚਣਾ ਸੀ ਭਾਈ, ਬਾਅਦ ਮਿਲ ਜਾਏਗੀ ਨਾ ਜੁਮੇ ਦੀ। ਹਾਂਜੀ ਹਾਂਜੀ ਇਨ ਸ਼ਾ ਅੱਲਾ ਜੁਮਾ ਪੜ੍ਹ ਲਿਆ ਵਾ। ਅਸੀਂ
ਅਸੀਂ ਹੁਣ ਅਸੀਂ ਭਾਈ ਪਹੁੰਚਣ ਵਾਲੇ ਆ ਤੇ ਅਸੀਂ ਭਾਈ ਪੜਨਗੇ ਨਮਾਜ਼ ਮੈਂ ਇਹਨਾਂ ਦਾ ਇੰਤਜ਼ਾਰ ਕਰਾਂਗਾ ਬਾਹਰ ਤੇ ਬਾਅਦ ਫਿਰ ਅਸੀਂ ਜਾਵਾਂਗੇ ਕਿੱਥੇ ਜਾਣਾ ਭਲਾ ਦੱਸੋ ਇਹਨਾਂ ਨੂੰ ਕਿੱਥੇ ਜਾਣਾ ਸ਼ਹਿਰ ਜਾਣਾ ਲੋਕਾਂ ਦੇ ਇੰਟਰਵਿਊ ਸ਼ਹਿਰ ਮੰਗਣ ਜਾਣਾ ਨਹੀਂ ਨਹੀਂ ਲੋਕਾਂ ਕੋਲ ਇੰਟਰਵਿਊ ਕਰਾਂਗੇ ਲੋਕਾਂ ਕੋਲ ਪੁੱਛਾਂਗੇ ਅੰਦਰ ਬੜਾ ਲੱਗੇ ਆ ਭਾਈ ਇੱਥੇ ਤਾਂ ਬੜਾ ਰਸ਼ ਆ ਮਾਸ਼ਾਅੱਲਾ ਇੱਥੇ ਭਾਈ ਸਭ ਤੋਂ ਲੇਟ ਫੈਸਲਾਬਾਦ ਦਾ ਜੁਮਾ ਹੁੰਦਾ ਇੱਥੇ ਸਭ ਤੋਂ ਲੇਟ ਹਾਂਜੀ ਤਕਰੀਬਨ 3:30 ਵਜੇ ਇੱਥੇ ਦਰਬਾਰ ਹੀ ਹੈ ਕਿ ਮਸਜਿਦ ਅੱਗੇ ਆ ਮਸਜਿਦ ਅੱਗੇ ਆ ਇਹ ਦਰਬਾਰ ਇੱਥੇ ਆਪਾਂ ਲਾਵਾਂਗੇ ਲਾ ਲਓ ਮੋਟਰਸਾਈਕਲ ਤੁਸੀਂ ਰਸਤਾ ਛੱਡ ਦੋ ਯਾਰ ਠੀਕ ਹੈ ਜੀ ਕਿੰਨੇ ਵਜੇ ਪੰਜ ਜਮਾ ਹੁੰਦਾ ਇੱਥੇ ਕਿੰਨੀ ਕੁ ਦੇਰ ਹੈ ਗਈ ਆਇਓ ਤੁਸੀਂ ਉੱਥੇ ਮਸਜਿਦ 'ਚ ਬਹਿ ਜਾਇਓ ਇੰਤਜ਼ਾਰ ਕਰ ਰਹੇ ਹਾਂ ਜੀ ਮੈਮ ਅਸਲਾਮ ਵਾਲੇਕੁਮ ਹਾਂਜੀ ਪੜ੍ਹ ਲਿਆ ਚਲੀਏ ਜੁਮਾ ਪੜ੍ਹ ਲਿਆ ਵਾ ਬਹੁਤ ਕੋਸ਼ਿਸ਼ਾਂ ਨੇ ਬਾਬਾ ਜੀ ਉਹ ਅੱਲਾਹ ਤਾਲਾ ਕਬੂਲ ਕਰੇ ਅਤੇ ਟਾਈਮ ਵੱਜ ਗਏ ਆ 4 ਵੱਜ ਗਏ ਐਵੇਂ ਭਾਈ ਹਾਂਜੀ 4 ਵੱਜ ਗਏ ਇਨਸ਼ਾ ਅੱਲਾਹ ਹੁਣ ਨਿਕਲਦੇ ਹਾਂ ਕਿੱਧਰ ਜਾਣਾ ਕਿਆ ਚਲੀਏ ਸ਼ਹਿਰ ਮੈਂ ਕਹੀ ਆ ਦੇਖੋ ਮਾਸ਼ਾ ਦਾ ਬੜਾ ਰਸ਼ ਹੁੰਦਾ ਇੱਥੇ ਵਾਪਸ ਜਾ ਰਹੇ ਹਾਂ ਅਸੀਂ ਅਹਿਮਦ ਭਾਈ ਨੇ ਸ਼ਹਿਰ ਜਾਣਾ ਸੀ ਕੋਈ ਕੁਛ ਇੰਟਰਵਿਊ ਕਰਨੇ ਸੀਗੇ ਦੇਖੋ ਕਾਹਦੇ ਇੰਟਰਵਿਊ ਕਰਦੇ ਆ ਅਸੀਂ ਸਫ਼ਰ ਇੱਦਾਂ ਹੀ ਕਰੀਦਾ ਸਰਕਾਰ ਦੀ ਨਾਤ ਪੜ੍ਹਦੇ ਹੋਏ ਆਏ ਯਕੀਨ ਮੈਨੂੰ ਬੜਾ ਮਜ਼ਾ ਆਉਂਦਾ ਸਫ਼ਰ ਕਰਦਾ ਤਾਂ ਛੱਡ ਕੇ ਕਲਾਚ ਫੜ ਲਓ ਫਿਰ ਪੈਟਰੋਲ ਘੱਟ ਲੱਗਦਾ ਹਾਂਜੀ ਗੱਡੀ ਸਕੂਟਰ ਉਤਰਦੀ ਸਾਨੂੰ